ਜਵਾਨ ਜਿਹੜੇ ਵੇਲੇ ਮਤਾ ਨੇ ਉਹ ਤਾਂ ਮੈਂ ਤਾਂ ਉਹਨੇ ਸਜਿਆ ਮਤਾ ਨੇ ਉਹ ਦੇ ਅੰਦਰ ਅਦਰ ਅਮੀਰ ਅਮਦਾ ਸਰਕਾਰ ਰਸੂਲ ਰਬੀ ਸੱਲਾ ਸਲਮ ਦੇ ਬੇਦਬਾ ਨੂੰ ਬਿਮਾਰ ਦੇਣ ਮੈਦਾਨੇ ਪੱਧਰ ਦੇ ਅੰਦਰ ਆਪਣੇ 35 ਕਾਫਿਰ ਮਾਰੇ ਨੌਜਵਾਨ ਜਿਹੜੇ ਵੇਲੇ ਉਹ ਦਾ ਮੈਦਾਨ ਸਜਿਆ ਹਜ਼ਰਤ ਅਮੀਰ ਅਮਦਾ ਮੁਹੰਮਦ ਦੀ ਕਛਾਰ ਦਾ ਸ਼ੇਰ ਕਰਦਿਆ ਜਿੱਧਰ ਦੌੜਦੇ ਨੇ ਕਾਫਿਰਾਂ ਦੀਆਂ ਦੌੜਾਂ ਲੱਗ ਜਾਂਦੀਆਂ ਨੇ ਨੌਜਵਾਨੋ ਵੇਲਾ ਵੀ ਆਇਆ ਵਾਸ਼ੀ ਕਹਿੰਦਾ ਏ ਮੇਰਾ ਟਾਰਗੇਟ ਹਜ਼ਰਤ ਅਮੀਰ ਅਮਦਾ ਦੀ ਜ਼ਾਤ ਹੈ ਮੈਂ ਹਿੰਦਾ ਕੋਲੋਂ ਪੈਸੇ ਲੈ ਕੇ ਉਹਦੇ ਕੋਲੋਂ ਸੋਨਾ ਲੈ ਕੇ ਹਜ਼ਰਤ ਅਮੀਰ ਅਮਦਾ ਨੂੰ ਸ਼ਹੀਦ ਕਰਨ ਵਾਸਤੇ ਆਪਣਾ ਨੇਜ਼ਾ ਪਕੜ ਕੇ ਬੈਠਾ ਹੂੰ ਕਹਿੰਦਾ ਜਿਹੜੇ ਵੇਲੇ ਅਮੀਰ ਅਮਦਾ ਨੇ ਇੰਝ ਕਰਕੇ ਕਾਫਿਰ ਨੂੰ ਮਾਰਨ ਵਾਸਤੇ ਆਪਣੀ ਤਲਵਾਰ ਉਠਾਈ ਆਪਦਾ ਪੇਟ ਮੁਬਾਰਕ ਥੋੜਾ ਜਿਹਾ ਬੇਪਰਦਾ ਹੋਇਆ ਅਬਾਸ਼ੀ ਨੇ ਨੇਜ਼ਾ ਮਾਰਿਆ ਨੇਜ਼ਾ ਜਾ ਕੇ ਅਮੀਰ ਅਮਦਾ ਦੇ ਪੇਟ ਚ ਲੱਗ ਗਿਆ ਹਜ਼ਰਤ ਅਮੀਰ ਅਮਦਾ ਸਰਕਾਰ ਜ਼ਖਮੀ ਹੋ ਕੇ ਬਾਸ਼ੀ ਦੇ ਵੱਲ ਦੌੜਦੇ ਨੇ ਕੁਰਾਨ ਮਜੀਦ ਫੁਰਕਾਨ ਹਮੀਦ ਦੀ ਮਾਰੂਫ ਆਇਤ ਮੁਬਾਰਕਾ ਤਿਲਾਵਤ ਕਰਨ ਦਾ ਸ਼ਰਫ ਹਾਸਿਲ ਕੀਤਾ اللہ رب العزت نے ارشاد فرمایا ورفعنا لك ذکرک فرمایا محبوب کریم علیہ الصلوۃ والسلام اسا تہاڈے ذکر نو تہاڈے واسطے بلند فرما دیتا کون ہے دیوالی صلی اللہ علیہ وسلم نو اللہ کریم نے او ذکر عطا فرمایا کہ نبیوں دی واری آئی کس نبی دے بارے فرمایا پر رفعہ اللہ الیہ عیسیٰ علیہ السلام دے متعلق فرمایا اسا عیسیٰ علیہ السلام نو اپنے برفت عطا کیتی بلندی عطا کیتی زندہ آسمان تے اٹھا لیا اللہ دے نبی ادریس علیہ السلام زندہ آسمان تے گئے تو خالق کائنات نے ارشاد فرمایا ورفعناہ مکانا علیا فرمایا اسا حضرت ادریس علیہ السلام نو بلند مکان تے مکان برفت عطا کیتی بلندی عطا کیتی اپنے یار دی واری آئی تے فرمایا ورفعناہ لک ذکرک ਅਰਧ ਕੀਤੀ ਯਾ ਅੱਲਾ ਦੀਗਰ ਅੰਬੀਆ ਦੀ ਵਾਰੀ ਵੀ ਲਫ਼ਜ਼ ਵਾਰਾ ਫਾਨਾ ਤੇ ਆਪਣੇ ਮਹਬੂਬ ਵਾਰੀ ਵੀ ਲਫ਼ਜ਼ ਵਾਰਾ ਫਾਨਾ ਤੋ ਖਾਲਿਕ ਨੇ ਫਰਮਾ ਸੋਹਣਿਆ ਉਹਨਾਂ ਨਬੀਆਂ ਦੀ ਜ਼ਾਤ ਤੇ ਜਿਸਮ ਨਾਲ ਲਫ਼ਜ਼ ਵਾਰਾ ਫਾਨਾ ਏ ਤੇਰੇ ਜ਼ਿਕਰ ਨਾਲ ਲਫ਼ਜ਼ ਵਾਰਾ ਫਾਨਾ ਏ ਮੈਂ ਕਾਇਨਾਤ ਨੂੰ ਦੱਸਣਾ ਚਾਹਨਾ ਮੈਂ ਕਿਸੇ ਨਬੀ ਦੀ ਜ਼ਾਤ ਨੂੰ ਵੀ ਉਹ ਬੁਲੰਦੀ ਅਤਾ ਨਹੀਂ ਕੀਤੀ ਜਿਹੜੀ ਮੁਹੰਮਦ ਦੇ ਜ਼ਿਕਰ ਨੂੰ ਅਤਾ ਕਰ ਦਿੱਤੀ ਹੈ ਕੌਣ ਹੈ ਦੀਵਾਲੀ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਿਕਰ ਦਾ ਜ਼ਿਕਰ ਆਇਆ ਤੇ ਅੱਲਾ ਨੇ ਫਰਮਾਇਆ ਵਾਰਾ ਫਾਨਾ ਅੱਲਾ ਦਾ ਜ਼ਿਕਰ ਆ ਜਿਹੜਾ ਲਫ਼ਜ਼ ਹੈ ਨਾ ਲਾਕਾ ਇਹਦੇ ਚ ਬੜਾ ਲੁਤਫ ਹੈ ਇਹਦਾ ਮਤਲਬ ਹੈ ਤੇਰੇ ਵਾਸਤੇ ਤੇਰੇ ਵਾਸਤੇ ਅੱਲਾ ਫਰਮਾ ਸੋਹਣਿਆ ਮੈਂ ਤੇਰਾ ਜ਼ਿਕਰ ਬੁਲੰਦ ਕੀਤਾ ਪਰ ਤੇਰੇ ਵਾਸਤੇ ਬਈ ਅੱਲਾ ਕਹਿੰਦੇ ਦਾ ਸੋਹਣਿਆ ਤੇਰਾ ਜ਼ਿਕਰ ਬੁਲੰਦ ਕੀਤਾ ਜੁਮਲਾ ਮੁਕੰਮਲ ਸੀ ਪਰ ਇੰਜ ਨਹੀਂ ਫਰਮਾਇਆ ਵਰਫਾਨਾ ਜ਼ਿਕਰਕ ਨਹੀਂ ਫਰਮਾਇਆ ਵਰਫਾਨਾ ਲਾਕਾ ਜ਼ਿਕਰਕ ਸੋਹਣਿਆ ਜ਼ਿਕਰ ਤੇ ਬੁਲੰਦ ਕੀਤਾ ਪਰ ਤੇਰੇ ਵਾਸਤੇ ਤੇਰੇ ਵਾਸਤੇ ਹੁਣ ਰੱਬ ਕਿਉਂ ਕਹਿੰਦਾ ਤੇਰੇ ਵਾਸਤੇ ਆਈ ਮੇਰੀ ਤਕਰੀਰ ਦਾ ਉਨਵਾਨ ਹੈ ਮੈਂ ਦੋ ਚਾਰ ਬਾਤਾਂ ਮੁਹੱਬਤ ਦੀਆਂ ਕਰਨੀਆਂ ਨੇ ਆਪਣਾ ਤੇ ਨਾਲ ਦੇ ਦਾ ਹੱਥ ਚੁੱਕੇ ਨਹੀਂ ਉੱਚੀ ਸੁਭਾਨ ਅੱਲਾ ਫਰਮਾਓ ਕਿ ਮਦੀਨੇ ਆਵਾਜ਼ ਜਾਵੇ ਮੈਂ ਆਖਿਆ ਬਾਈ ਮਦੀਨੇ ਆਵਾਜ਼ ਜਾਵੇ ਇਹਨਾਂ ਕੋਲ ਸਹੀ ਨਹੀਂ ਬੋਲਿਆ ਜਾ ਰਿਹਾ ਥੱਕ ਗਏ ਨੇ ਹੁਣ ਤੁਹਾਡੀ ਵਾਰੀ ਤੁਸੀਂ ਸ਼ਾਮ ਦਾ ਨਹੀਂ ਬੋਲੇ ਹੁਣ ਤੁਸੀਂ ਬੋਲੋ ਥੋੜਾ ਜ਼ੋਰ ਲਗਾ ਕੇ ਸਾਰੇ ਬੋਲੋ ਸੁਭਾਨ ਅੱਲਾ ਮੈਂ ਦੁਆ ਕਰਨਾ ਸਾਰੇ ਸਟੇਜ ਵਾਲੇ ਉਲਮਾ ਆਮੀਨ ਫਰਮਾਨ ਮੇਰੀ ਦੁਆ ਕਬੂਲ ਹੋ ਜਾਏ ਯਾ ਅੱਲਾ ਜਿਹੜਾ ਉੱਚਾ ਜੇ ਸੁਭਾਨ ਅੱਲਾ ਫਰਮਾਏ ਅਗਲਾ ਰਮਜ਼ਾਨ ਸ਼ਰੀਫ ਆਪਣੀ ਅੰਮੀ ਨਾਲ ਮਦੀਨੇ ਗੁਜ਼ਾਰ ਕੇ ਆਵੇ ਹੁਣ ਜਿਹੜਾ ਇਸ ਤੋਂ ਉੱਚਾ ਬੋਲੇ ਪੂਰਾ ਟੱਬਰ ਇਹ ਸਾਲ ਹੱਜ ਕਰਕੇ ਆਵੇ ਯਾ ਅੱਲਾ ਜਿਹੜਾ ਇਸ ਤੋਂ ਉੱਚਾ ਬੋਲੇ ਅੱਜ ਰਾਤ ਸੋਵੇਂ ਤੇ ਖਾਵੇ ਚ ਕਮਲੀ ਵਾਲਾ ਹੀ ਆ ਜਾਵੇ ਤੇਰਾ ਕੀ ਜਾਂਦਾ ਜਿਹੜਾ ਇਸ ਤੋਂ ਉੱਚਾ ਬੋਲੇ ਜਾਗਦੇ ਮਹਫਲੇ ਚ ਸੋਹਣੇ ਦਾ ਦੀਦਾਰ ਕਰਾ ਦੇ ਲਾਹੌਰ ਵਾਲੀਆ ਤੁਸੀਂ ਵੀ ਬੋਲੋ ਸੁਭਾਨ ਅੱਲਾ ਬਾਈ ਬਈ ਗੁਜ਼ਾਰਿਸ਼ ਇਹ ਵੇ ਕੇ ਮੈਂ ਹੁਣ ਤਕਰੀਰ ਵੈਸੇ ਤਰੀਜ਼ੂ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਮੇਰੀ ਵਾਰੀ ਪੂਰੇ ਪਾਕਿਸਤਾਨ ਆਉਂਦੀ ਹੈ 3 ਵਜੇ 4 ਵਜੇ ਵੇ ਤੋ ਪਿਛਲੇ ਹਫ਼ਤੇ ਤੇ ਇਹ ਮੰਜ਼ਰ ਸੀ ਕਿ ਫਜਰ ਦੀ ਅਜ਼ਾਨ ਹੋ ਚੁੱਕੀ ਸੀ ਅਤੇ ਮੇਰਾ ਐਲਾਨ ਬਾਅਦ ਵਿੱਚ ਹੋਇਆ ਸੀ ਮੇਰੀ ਤਕਰੀਰ ਫਜਰ ਦੀ ਅਜ਼ਾਨ ਤੋਂ ਵੀ ਬਾਅਦ ਸ਼ੁਰੂ ਹੋਈ ਤੋ ਮੇਰਾ ਰੋਜ਼ਾਨਾ ਦਾ ਇਸੇ ਵੇਲੇ ਮੇਰੀ ਵਾਰੀ ਆਉਂਦੀ ਹੈ ਹੁਣ ਮੈਨੂੰ ਤਜਰਬਾ ਹੋ ਗਿਆ ਕਿ ਇਸ ਵੇਲੇ ਤਕਰੀਰ ਕਿਵੇਂ ਦੀ ਅਤੇ ਕਿਹੜੀ ਕਰਨੀ ਹੈ ਲਿਹਾਜ਼ਾ ਮੇਰਾ ਤੇ ਕੋਲ ਸੌਦਾ ਹੀ ਹੋਵੇ ਇਸ਼ਕੇ ਰਸੂਲ ਦਾ ਮੈਂ ਉਹ ਹੀ ਗਲੀ ਗਲੀ ਬਾਂਟ ਰਿਹਾ ਹੁਣ ਸੁਭਾਨ ਅੱਲਾ ਫਰਮਾਓ ਤੇ ਹੌਲੇ ਹੌਲੇ ਚੱਲੀਏ ਮਦੀਨੇ ਬਾਈ ਸਾਰੇ ਔਲਾਦ ਵਾਲੀ ਨੇ ਅਰਜ਼ ਕੀਤੀ ਇਨਨਾ ਸਲਾਤੀ ਵਨਸੁਕੀ ਵਮਹਿਯਾ ਵਮਮਾਤੀ ਲਿਲਲਾਹ ਰਬਿਲ ਆਲਮੀਨ ਕਮਲੀ
والے نے عرض کی، یا اللہ میری نماز بھی تیرے واسطے، میری قربانی بھی تیرے واسطے، و محیای و مماتی، عرض کی دیا اللہ میرا ہونا بھی تیرے واسطے، میرا جانا بھی تیرے واسطے، اللہ نے فرمایا کملی والے آؤ، برفانا لک ذکرک انا فتحنا لک فتحا مبینا لیغفر لک اللہ ما تقدم من ذلک وما تأخر، کدھرے فرمایا علم نشرح لک صدرک، اللہ نے فرمایا کملی والے آؤ، اسا تیرا سینہ تیرے واسطے کھولے آؤ، اسا تیرا ذکر تیرے واسطے بلند کر دیتا، کملی والے فتح تیرے واسطے رکھ دیتی، سونیا مغفرت تیرے واسطے رکھ دیتی، عرض کیتی اللہ انج کیوں کہنا سونیا، ابھی تیرے واسطے، ابھی تیرے واسطے، ابھی تیرے واسطے، اللہ نے فرمایا ماں داغ دینے نہ والے آؤ، تیرا آنا بھی میرے واسطے، تیرا جانا بھی میرے واسطے، تیری نماز تے قربانی میرے واسطے، جے تیرا سارا کچھ میرے واسطے دے، میں رب بھی جو پیا کرنا تیرے واسطے پیا کرنا، پیار ہے او دا تیرے محبوب دا، اے کہندا میرا سارا کچھ تیرے واسطے، تو اتو آواز آندی اسی بھی سارا کچھ تیرے واسطے پیا کرنے، رب دی ساری کائنات مصطفیٰ کریم واسطے، رب دی ساری کائنات مصطفیٰ واسطے، اے دا ترجمہ نیادی مرحوم نے، رضوی صاحب نیادی مرحوم نے بڑا مٹھا جا کیتا، اے نیادی مرحوم نے آکھیا کی نہ کی تیار نے اتیار واسطے، کی نہ کی تیار نے یار پاس دے، ہاتھ بلند کر کے ذرا میرے نال مل کے نبی پاک دے نال خان بن جاؤ، بھائی سارے مل کے پڑھیے، کی نہ کی تیار نے ایک یار پاس دے، کی نہ کی تیار نے ایک یار پاس دے، رب محفلاں سجائیاں نے سرکار واسطے، اے سرکار واسطے، رب محفلاں سجائیاں نے سرکار واسطے، اور دل یاد لئی بنایا زبان، اکھیاں بنائیاں سونے دے دیدار واسطے، اکھیاں بنائیاں سونے دے دیدار، اے دیدار واسطے، اکھیاں بنائیاں سونے دے دیدار واسطے، اللہ نے رضا فرمایا، ورفانا لک، فرمایا سونیا تیرے ذکر نو اساں تیرے واسطے بلند کر دیتا، کنا کہ جڑا ذکر کرے رب اونوں بھی بلندی عطا کر دیتا ہے، نوجوانوں وقت دی قلت دے پیش نظر عدنان مینوں کہہ رہا سی کیوں واقعہ تساں بڑے سال پہلے چگیاں محمد بخش لاہور سنایا سی، او سنا دیو کون ہے اندے والی نے جدو اعلان نبوت کیتا تے حضرت صدیق اکبر او پہلا انسان سی جنہاں نے حضور دا کلمہ پڑھیا، مسلم اول، کائنات دے پہلے مسلمان، پتا سی کہ سارے کافر میرے نبی دے دشمن نے، پر ایک دن ہوک اٹھی ہووے نا تے میں اپنے ماہی دا ذکر جا کے تے کعبے دے ویڑے چ نہ کراں، کافر مار دے نے سنیا جڑا نبی دا ذکر کرے، بلال ذکر کرے مار پیندی اے، صہیب رومی ذکر کرے مار پیندی اے، سلمان فارسی ذکر کرے مار پیندی اے، حضرت سمیہ نبی پاک دی عاشق حضور دی دیوانی، او نبی پاک دی صحابیہ حضور دا ذکر کرتا
تے ابو جہل دے دو ٹکڑے کر دتے اکھیا ہووے نا تے میں بھی یار دا ذکر کراں عشق نے جدو انگڑائی لئی نا اے حضرت صدیق اکبر رضی اللہ تعالی عنہ ٹڑے ٹڑے بیت اللہ شریف دے اندر آگے عمر رانجا صاحب علی عباس بٹی صاحب عدنان صاحب جدو کون اہندے والی دا او کائنات دا سب تو بڑا عاشق رسول بیت اللہ شریف دے اندر آئے نا تے آپ نے ویکھیا کافر ابو جہل او تھے اپنی مجلس لگا کے بیٹھا اتبا اپنی مجلس لگا کے بیٹھا اتبا اپنی محفل لگا کے بیٹھا سارے کافر اپنی اپنی محفل لگا کے بیٹھے تے حضرت صدیق اکبر آ کے نا کعبے دے نال ٹیک لگائی تے بڑی مدم جی آباد نال او اس معاشرے چ جتھے ایک رب دا نام لینا جرم سی اتھے پڑا اپنے کلمہ طیبہ پڑھیا اے کہندا مینوں کلمہ طیبہ دا اج ورد سناؤ سناواں تھوڑا جا ہولا بولو بار آواز نہیں جانی چاہیے ہاتھ بالکل نہ چکے مت کدھر کوئی شہید نہ ہو جائے لنگر تے نے پکایا سی مینوں دسیا سی کھوا دیتا ایک کام ماڑا کیتا ہے ساڈے سیالکوٹ کہندے نے کہ بھکھا بٹیرا بہت لڑدا ہے تے ساڈے سیالکوٹ وی کہندے نے کہ جیہدا کھائیے اودا گائیے جیہدی امی نے دس کے بھیجا تو پلیا ہی کملی والے تے لنگر تے سنی ماں دا پتر بولے سبحان اللہ بھائی ہاتھ چوک کے بولو مینوں پتہ لگے نبی پاک دے جوندے جاگ دے نوکرا چ بیٹھا مینوں پتہ رات دے سوا تین بجے بندہ سبحان اللہ کہن جوگا رہندا نہیں ہے او میں اگلے دن تقریر کر رہا رانجا صاحب تے میں آکھیا بھائی جنہیں جنہیں جنت چ جانا او ہاتھ کھڑا کر لو او سارے ہاتھ کھڑے کر لے میرے سامنے ایک نوجوان تو نے ہاتھ نہ کھڑا کیتا میں آکھیا بھائی تو جنت چ نہیں جانا او کہن لگا حضرت جی او امی نے آکھیا سی پتر معاف تو سیدھا گھر ہی آویں کئی بھیلی اس تو بھی ہاتھ نہیں کھڑا کر دے کہ میں کدھر سیدھا رکھ جنت چ جنا چلا جاواں اور بدی نو ستے ہی خیر ہوندی ہے بھائی اونچا ہاتھ چکو اور گوڑے چھڑ دیو نا تے ہاتھ چا کے بولو سبحان اللہ اینی اونچی سبحان اللہ فرماؤ کہ فرشتے جھک جھک کے ویکھن اس ویلے بھی کتھے میلاد دی محفل پی ہوندی ہے کتھے سنی سبحان اللہ پہ آکھ دے نے صدیق اکبر نالے کعبے نال ٹیک لگائی نالے پڑھ دے نے لا ہاتھ بلند کر کے میرے نال پڑھے لا الہ الا اللہ لا الہ الا اللہ لا الہ الا اللہ لا الہ الا اللہ اس کلمے دے راز نے آرے اس کلمے دے راز نے آرے اس کلمے راز میں آ رے نے اس ڈوب دے بیڑے تارے نے اس ڈوب دے بیڑے تارے نے سانو دسے کملی والے الہ الا اللہ حق لا الہ الا اللہ وچ قبر دے دل گھبراوے گا وچ قبر دے دل گھبراوے گا اتھے کوئی نہ آن بچاوے گا اتھے کملی والا آوے گا پڑھو لا الہ الا اللہ حق لا الہ لا الہ
اللہ محمد رسول اللہ نوجوان جڑے نے صدیق اکبر نے نہ پڑھیا سارے کافر پتھر لے کے آ گئے کوئی پتھر پہ مار دے کوئی تھپڑ پہ مار دے کوئی مکہ پہ مار دے کوئی ٹھڈا پہ مار دے کائنات سب تو بڑے عاشق رسول اپنے یار دا ذکر کرن تے مارا پیاں پیندیاں نے تائیوں بابا بلے شاہ نے درنگ جے پیش فرمایا آ پرماد نے عشق کردا صدا اپنی مرضی دے کم نائرا بے خدا نا کرا بے خدا عشق کردا صدا اپنی مرضی دے کم نائرا بے خدا نا کرا بے خدا کہ جتھ چاہوے جتا دے میں عاشق دسر نائے کعبہ دینا کربلا بے خدا نوجوان مرن والے مری جا رہے حضرت صدیق اکبر احد احد دے نعرے مار دے نے یا رسول اللہ دے نعرے پہ لگا دے نے نوجوان اپنے والو مار کے کافر چھڈ کے چلے گئے صدیق دی ماں بھی آ گئی آپ دے بابا جان بھی آ گئے جڑے ویلے برادری والے چکے گھر لے گئے نہ کتاباں دے اندر پڑھیا حضرت صدیق اکبر نو اینا ماریا آپ دا نک مبارک آپ دے رخسار اندر چھپ گیا اکھیاں سوج کے باورے آ گئیاں صدیق اکبر رضی اللہ تعالیٰ نہ بے ہوش نے ساری برادری کٹھی ہو گئی برادری والے آکھے آؤ جے اج ابو بکر دنیا تو پردہ کر گیا اسی نہ کافرا کو بدلا لواں گے سارے مکے دی فضا سوگوارے ہو گئی نوجوان ایک رات گزر گئی ماں نے گودی تے صدیق دا سر رکھے آئے ماں متھا چم کے پہ روندی ہے باپ واندی تھلوں کے پہ روندا ہے ساری برادری والے پہ روندے ہیں صدیق اکبر اکھ نہیں کھول دے ادھر کملی والے بڑے پریشان نے نوجوان ویلا گزرتا جا رہے ہیں ایک رات گزر گئی دوجی رات گزر گئی جڑے ویلے تیسری رات آئی نہ کوئی کھاندا ہے نہ کچھ پیندا ہے اکھ کھولدا نہیں منہ بولدا نہیں صدیق اکبر نے جڑے ویلے تیسری رات اکھ کھولی ماں دی جان چ جان آ گئی اما کہن لگی وے ابو بکر پترا بے دس تیرا کی حال ہے صدیق نے ماں دے چہرے ول ویکھیا آکھیا اما دس میرے ماہی دا کی اماں دس میرے ماہی دا کی حال ہے نوجوانوں برادری ناراض ہو کے چلی گئی کن راتاں گزر گئیاں نے اسی صدیق دے سروں نے بیٹھے ہاں انہیں اک کھول دیا ساڈا نہیں پوچھیا اپنے ماہی دا حال پیا پوچھ جائے برادری ناراض ہو کے چلی گئی ادھی رات دا ویلا آیا ماں متھا چم کے پیار بھی کر دی ہے صدیق اکبر نے فرمایا اماں جان ایک واری مینوں میرے ماہی دا چہرہ وکھا دے میرا ماہی نظری آوے گا میں آپ ہی ٹھیک ہو جاواں گا نالے رو کے فرما دے نے جن نے درد دیتا اوہ دے وے دبا میں مریض ہوا اوہ طبیب ہوئے جد نکلے یا وردے قدمانچے جد نکلے یار قریب ہوئے ادھی راہ دا ویلا تے ماں نو کہن لگے ایک بار مینوں میرے ماہی دی دید کرا دے رضوی صاحب کہندے نے ایک باری پھر پڑھو جن نے درد دیتا اوہ دے وے دوا یہ درداں دے قصے تے مرداں دے حصے دردا باج نہیں سینے چ چھیک پیندے دردا باج نہیں سینے چ چھیک پیندے تے چھیکاں باج نہیں موتی پروے جاندے اے درداں دے حصے تے مرداں دے حصے اے انہاں
ਉਹਨੂੰ ਹੀ ਪਤਾ ਜਿਹਨੂੰ ਲੱਗਾ ਹੋਵੇ ਨਾ ਬੋਲ ਬੋਲ ਕੇ ਮੈਂ ਆਖਦੇ ਨੇ ਜਿੰਨੇ ਦਰਦ ਦਿੱਤਾ ਉਹ ਦੇਵੇ ਦਵਾ ਮੈਂ ਮਰੀਜ਼ ਹੋਵਾਂ ਤਬੀਬ ਹੋਵੇ ਜਦ ਨਿਕਲੇ ਯਾਰ ਦੇ ਕਦਮਾਂ ਚ ਜਦ ਨਿਕਲੇ ਯਾਰ ਕਰੀਬ ਹੋਵੇ ਜਦ ਨਿਕਲੇ ਯਾਰ ਦੇ ਕਦਮਾਂ ਚ ਜਦ ਨਿਕਲੇ ਯਾਰ ਕਰੀਬ ਹੋਵੇ ਸਾਹਿਬ ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋ ਭਾਵੇਂ ਸੂਲੀ ਚੜਨਾ ਪੈ ਜਾਵੇ ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋ ਭਾਵੇਂ ਸੂਲੀ ਚੜਨਾ ਵੇ ਸਿਰ ਨਹੀਂ ਚੁੱਕਦਾ ਸਜਦੇ ਚੋਂ ਭਾਵੇਂ ਸਿਰ ਨੇ ਤੇ ਚੜ ਜਾਵੇ ਇਹ ਨਹੀਂ ਡਰਦਾ ਬਈ ਇਹ ਨਹੀਂ ਡਰਦਾ ਅੱਧੀ ਰਾਤ ਵੇਲੇ ਮਾਂ ਨੂੰ ਕਹਿਣ ਲੱਗੇ ਅੰਮਾ ਇੱਕ ਵਾਰੀ ਮੈਨੂੰ ਦਰੇ ਰਸੂਲ ਤੇ ਲੈ ਜਾ ਮੈਂ ਸਦਕੇ ਜਾ ਇਸ਼ਕ ਨਹੀਂ ਡਰਦਾ ਮੌਤ ਕੋਲੋਂ ਭਾਵੇਂ ਸੂਲੀ ਚੜਨਾ ਪੈ ਜਾਵੇ ਕੋਈ ਪੁੱਛੇ ਬਾਬਾ ਖਾਤਮ ਰਿਜ਼ਵੀ ਕੋਲੋਂ ਕੋਈ ਪੁੱਛੇ ਗਾਦੀ ਲਮਦੀਨ ਕੋਲੋਂ ਕੋਈ ਪੁੱਛੇ ਮਲਕ ਮੁਮਤਾਜ਼ ਕਾਦਰੀ ਕੋਲੋਂ ਕੋਈ ਪੁੱਛੇ ਅਮਰ ਸੀਮਾ ਸ਼ਹੀਦ ਕੋਲੋਂ ਉਹ ਵੀ ਕਹਿਣਗੇ ਇਸ਼ਕ ਨਹੀਂ ਡਰਦਾ ਮੌਤ ਕੋਲੋਂ ਭਾਵੇਂ ਸੂਲੀ ਚੜਨਾ ਪੈ ਜਾਵੇ ਸਿਰ ਨਹੀਂ ਚੁੱਕਦਾ ਸਜਦੇ ਚੋਂ ਭਾਵੇਂ ਸਿਰ ਨੇ ਦੇਤੇ ਮਾਂ ਦੇ ਕੰਧੇ ਤੇ ਹੱਥ ਰੱਖਿਆ ਤੇ ਅੱਧੀ ਰਾਤ ਵੇਲੇ ਜਦੋਂ ਆਏ ਨਾ ਨਬੀ ਪਾਕ ਦੇ ਬੂਹੇ ਨੌਜਵਾਨੋ ਬੇਰੇ ਵਾਲਿਓ ਇਸ ਤਰ੍ਹਾਂ ਦਰਵਾਜ਼ਾ ਖੁੱਲ੍ਹਾ ਸਿਦੀਕ ਦੀ ਨਿਗਾਹ ਜਦੋਂ ਰੁਖੇ ਮੁਸਤਫਾ ਤੇ ਪਈ ਨਾ ਮੇਰੇ ਨਬੀ ਉੱਠ ਕੇ ਸੀਨੇ ਲਾ ਕੇ ਕੰਨ ਚ ਬਸ ਇਹਨੇ ਪੁੱਛਿਆ ਅਬੂ ਬਕਰ ਤੇਰਾ ਕੀ ਹਾਲ ਹੈ ਨਹੀਂ ਸਮਝੇ ਆਸਾਨ ਕਰਾਂ ਅਗਰ ਵੋ ਪੁੱਛ ਲੇ ਹਮਸੇ ਤੁਮੇ ਕਿਸ ਬਾਤ ਕਾ ਗਮ ਹੈ ਤੋ ਫਿਰ ਕਿਸ ਬਾਤ ਕਾ ਗਮ ਹੈ ਅਗਰ ਵੋ ਪੁੱਛ ਲੇ ਹਮਸੇ ਹਾਏ ਹਾਏ ਉਹ ਜਦੋਂ ਮਾਹੀ ਪੁੱਛਣ ਕੀ ਹਾਲ ਹੈ ਅੱਲਾ ਦੇ ਨਬੀ ਅਯੂਬ ਅਲੈ ਸਲਾਮ 18 ਸਾਲ ਬਿਮਾਰ ਰਹੇ 18 ਸਾਲ ਦੇ ਬਾਅਦ ਸ਼ਿਫਾ ਮਿਲੀ ਤੇ ਇੱਕ ਦਿਨ ਜਬਰੀਲ ਪੁੱਛਿਆ ਕੀ ਹਾਲ ਹੈ ਤੇ ਰੋ ਕੇ ਫਰਮਾਉਂਦੇ ਨੇ ਪਹਿਲੇ ਨਾਲੋਂ ਮੰਦਾ ਹੀ ਹਾਲ ਹੈ ਫਰਮਾਉਂਦੇ ਨੇ ਉਹ ਬਿਮਾਰੀ ਹੋਈ ਚੰਗੀ ਸੀ ਰੱਬ ਰੋਜ਼ ਪੁੱਛਦਾ ਸੀ ਤੇਰਾ ਕੀ ਹਾਲ ਹੈ ਜਦੋਂ ਮਾਹੀ ਪੁੱਛਣ ਕੀ ਹਾਲ ਹੈ ਆਖਿਆ ਛੇਤੀ ਬੋੜੀ ਵੇ ਤਬੀਬਾ ਨਹੀਂ ਤੇ ਮੈਂ ਮਰ ਗਈ ਹਾਂ ਜਾਂ ਇੰਜ ਕਵਾ ਸਦੀਕ ਨੇ ਆਖਿਆ ਵੇਗਾ ਤੁਝ ਕਿਆ ਬਤਾਊ ਮੇਰੇ ਹਮ ਨਸ਼ੀ ਤੇਰੇ ਸਾਹਮਣੇ ਮੇਰਾ ਹਾਲ ਹੈ ਤੇਰੀ ਇੱਕ ਨਿਗਾਹ ਕੀ ਬਾਤ ਹੈ ਮੇਰੀ ਜ਼ਿੰਦਗੀ ਕਾ ਸਵਾਲ ਹੈ ਆਪਣੇ ਮਹਬੂਬੇ ਪਾਕ ਦੇ ਜ਼ਿਕਰ ਵਾਸਤੇ ਆਪਣੀ ਜਾਨ ਉਸ ਦਿਨ ਹੀ ਕੁਰਬਾਨ ਕਰ ਦਿੱਤੀ ਹੁਣ ਵਕਤ ਦੀ ਕਿੱਲਤ ਆਖਰੀ ਮੇਰਾ ਦਿਲ ਸ਼ੇਰ ਪੜੀਏ ਤੇ ਬਸ ਇਜਾਜ਼ਤ ਚਾਹੀਏ ਸਿੱਦੀਕੀ ਆਖਦੇ ਹੁਣ ਅੱਛਾ ਜੀ ਇਹ ਕਹਿੰਦੇ ਨੇ ਹਜ਼ਰਤ ਅਮੀਰ ਹਮਜ਼ਾ ਸਰਕਾਰ ਦਾ ਦਿਨ ਗੁਜ਼ਰਿਆ ਚੰਦ ਦਿਨ ਪਹਿਲੇ ਸੀ ਜਦੋਂ ਸ਼ਹਾਦਾ ਦਾ ਤੇ ਇੱਕ ਗੱਲ ਹਜ਼ਰਤ ਸਹੀ ਜਦੋਂ ਸ਼ਹਾਦਾ ਅਮੀਰ ਹਮਜ਼ਾ ਸ਼ਹਾਦਤ ਤੁਹਾਨੂੰ ਕਹਿ ਰਹੇ ਨੇ ਕੋਈ ਵਾਹ 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 ਇਹਨਾਂ ਨੂੰ ਅਮੀਰ ਹਮਜ਼ਾ ਦੇ ਸਦਕੇ ਅੱਲਾ ਨੇ ਬਾਂਝਾ ਤਾ ਕੀਤਾ ਹੈ ਤੇ ਇਹਨਾਂ ਨੇ ਅਮੀਰ ਹਮਜ਼ਾ ਨਾਮ ਉਹਦਾ ਨਾਂ ਰੱਖਿਆ ਹੈ
نبی پاک کو ایک بچہ آیا تے عرض کیتی یا رسول اللہ دا نام کی رکھی؟ فرمایا امیر حمزہ. یا رسول اللہ کیوں؟ فرمایا میرے چاچے دے ناں تے نام رکھیا کرو. او بارگاہ جیدے بارے میرے تاجدار چورے شریف نو آپ فرمایا کھڑا کر کے سید الشہداء دے مزار تے تے فرما دے نے آسی جان پترا او جڑیاں درخواستاں او گنبد خضرا تے مقبول نہ ہوون تے ایتھے پیش کریے تے حضور کولوں منظور کروا دیندے نے. او بارگاہ اچھا سبحان اللہ فرماؤ سارے نوجوان جڑ ویلے متاں نے او ہتھ میں تاں نہ سجیا متاں نے او ہتھ دے اندر ادر امیر حمزہ سرکار رسول عربی صلی اللہ علیہ وسلم دے بیت بانوں پہ مار دین میدان پتھر دے اندر اپنے 35 کافر مارے نوجوان جڑ ویلے او ہتھ میدان سجیا حضرت امیر حمزہ محمد دی کچھار دا شیر کر دیا جتر دوڑ دین کافراں دیاں دوڑاں لگ جاندیاں نے نوجوانو ویلا بھی آیا واشی کہندا اے میرا ٹارگٹ حضرت امیر حمزہ دی ذات اے میں ہندا کولوں پیسے لے کے اوہدے کولوں سونا لے کے حضرت امیر حمزہ نوں شہید کرن واسطے اپنا نیزہ پکڑ کے بیٹھا ہوں کہندا جڑ ویلے امیر حمزہ نے انج کر کے تے کافر نوں مارن واسطے اپنی تلوار ہی اٹھائی آپ دا پیٹ مبارک تھوڑا جا بے پردہ ہویا باشی نے نیزا ماریا نیزا جا کے امیر حمزہ دے پیٹ وچ لگ گیا حضرت امیر حمزہ سرکار زخمی ہو کے باشی دے وال دوڑ دین باشی کہندا مینوں انج لگیا جی میں کوئی شیر میرے وال آ رہا ہے کہندا مینوں خیال آیا کہ اے میرے نیزے نال بچ گیا تے اج میں نہیں بچاں گا حضرت امیر حمزہ نے باشی تے حملہ کیتا باشی تے دوڑ گیا امیر حمزہ ایک نوجوان کھڑے دے اندر تشریف لے گئی جڑ ویلے میدان احد دی جنگ ختم ہو گئی سارے اپنے شہید پہ ڈول دین میرے نبی دے لباں تے اکو ہی نام ہے فرماندے نے لوگوں کسے میرا چاچا ویکھیا ہے مولا علی نو فرمایا مولا علی جاؤ اپنا تے میرا چاچا ڈھونڈ کے لے آؤ مولا علی فرماندے نے جڑے دن میں ڈھونڈ دیا اس گھڑے دے قریب آیا دیکھے امیر حمزہ دی لاش پئی ہے نوجوانو ہندا نے آ کے پہلے امیر حمزہ سرکار دی سجی اکھ نکالی پھر انہیں کھبی اکھ نکالی پھر امیر حمزہ دا نکھ مبارک کٹیا پہلے اوپر والا ہونٹ کٹیا پھر نیچے والا ہونٹ کٹیا امیر حمزہ دے سجے ہتھ دی انگلیاں کٹیاں تے راب دے کھبے ہتھ دی انگلیاں کٹیاں پہلے سجے پاؤں دی انگلیاں کٹیاں پھر کھبے پاؤں دی انگلیاں کٹیاں پھر سینہ یک دس چاگ کیتا امیر حمزہ دا سینہ کھول کے آپ دا دل انور نکالیا تے دل انور نو اپنے منہ چ ڈال کے چبایا نوجوانو آپ دے جسم دی آزاد ہار بنا کے اپنے گلے چ پہن لے جڑ ویل مولا علی المرتضیٰ آیا اپنے چاچے دی حالت ویکھی علی ورگے شیر دیاں بھی چیخوں نکل گئیاں روندے آیا کہ نبی کریم نو جفا مار لے آؤ کہن لگے سونے آ چاچا جی ٹر گئے کملی والی او لاش تے نہ آیا جے سنیا چاچا ویکھیا نہیں جانا میرے آقا نے فرمایا علی نہ میرے چاچے دی لاش تے لے جاؤ نبی کریم جڑے ویلے امیر حمزہ دی لاش تے آئے آسمان دیاں حوراں دیاں چیخاں نکل گئیاں میرے آقا دے درداں نال روئے میرے آقا نے فرمایا لوگو گواہ ہو جاؤ جنہ میرے چاچے دیا حال کیتا ہے نانا دے 70 بندیاں دا آئی حال کراں گا اللہ نے فرما کملی والیا تو انج نہ کوی تیری رحمت دی چٹی چادر تے داغ لگ جانا آر ویکڑی فرما دے نے ٹر گئے نے دلدار دلا دے ٹر گئے نے دلدار دلا دے وطنوں
उजड़ी बस्ती नजरिया वे एक दिती जग यारा नबी पाक अपने चाचे की लाश से पे रोंदे ने मेरे आका ने देखे अधूर मेरे नबी की कुबोदरा ते सखिया पियां भैन अपने वीर नूं वेखण आ रही मेरे आका ने फरमाया कोई दौड़ो मेरी फुफो नूं रोक लो और मेरी फुफो को वीर वेख्या नहीं जाना मौलाली ने जाके रस्ता रोक लिया हजरत सफिया फरमा दिया ने अली हट जा मैनू वीर वेख लैन दे मेरे आका अपनी फुफो दे सामने खलो गए फरमाया फुफो जी ठहर जाओ तुहाडे कोल मेरा चाचा वेख्या नहीं जाना तुहाडे कोल वीर वेख्या नहीं जाना हजरत सफिया ने नबी पाक दा मत्था चुमया अर्ज कर दिया सोने मैनू आखरी वारी वीर वेख लैन दे फरमाया फुफो जी तुहाडे कोल बर्दाश्त नहीं आना कह लगिया वे सुने कि वो शेर सी मैं शेर दी भैन लाश मुबारक ते बहन खलोई तो अख च अथरू नहीं आया कह लगी जे तू शेर से ना मैं शेर दी बहन गिरामी कदर हजरात उस वेले दो चादर मेरे नबी दी फुफो लेके आई नबी पाक नु देख के कहंदी सुने मेरे वीर नु कफन दे आ जे मेरे दुपट्टे का कफन दे जदों अमीरे हमजा नु दफन करन दी वारी आई ना मेरे नबी ने 70 जनाजे अमीरे हमजा ते पड़े 70 जनाजे चाचे ते पड़े जदों दफन दा वेला आया ते कफन दा वेला आया ओ चादर जिहड़ी फुफो लेके आई सी ना ऐसा जना ते जवान नबी दा चाचा सी के चादर जे सिर ते दे दे सन ते पाँव नंगे हो जांदे सन पाँव टकदे सन ते सिर नंगा हो जांदा सी ऐसा जना ते जवान सी मेरे नबी ने फरमा चेहरा ढांप दियो ते पाँव ते घास रख के मेरे चाचा की कबर बना दियो अज भी जन्नत अज भी जाके जन्नत ओ मैदान ओहदे च हजरत सैयद शहादा मज़ार ते कबर वेखो जिन्ना वेख्या हर साल जाते ने इन्हां नूं पुछ लो वह खुशबू जिहड़ी हजरत अमीर हमजा दे मज़ार तो आउंदी है ना पूरी दुनिया च मशहूर है कि वह खुशबू का नाच च होर किधरों नहीं आउंदी किधरों नहीं आउंदी पूरी दुनिया च और अज भी जो अमीर हमजा सरकार की बारगाह च जाके मंगो ना मैं मिंबरे रसूल ते बैठा सरगोदे वाले बेरा वाले मैं नहीं मेरे बाबा जी ताजदार चूरा शरीफ नूं मैं वेख्या हर बुद्ध वाले दिन हर बुद्ध वाले दिन बड़े बड़े औलिया हजरत अमीरे हमजा दे मज़ार ते खलोते आउंदे ने ते अपनियां दरखास्तां मंजूर करवांदे ने मैं अपनियां अखियां नाल वेख्या पूरा साल रंजा साहब पूरा साल जिहड़े मेरे बाबा जी नूं लोक कहिंदे सन साडे लई दुआ करिओ मेरे साईं लजपाल दुआवां कट्ठियां करके साल बाद हजरत अमीर हमजा सरकार कोल जांदे सन ते उत्थे फोन करके लोगां दस दिंदे सन तेरी भी मंजूर हो गई है तेरी भी मंजूर हो गई है तेरी भी मंजूर सुभान अल्लाह उत्थे दरखास्तां मंजूर होंदियां ने उत्थे मंजूर होंदियां ने ये ओ वड्डी बारगाह है मेरी मिल्लत दे नौजवानों मेरे आका अलैहि सलातो सलाम दी कंड मुबारक दा हमेशा तहफ्फुज़ करन वाला हजरत अमीर हमजा मेरे आका अलैहि सलाम ने फरमाया अली ते शेरे खुदा है ना फरमाया अमीर हमजा होवे जिहड़ा अल्लाह दा भी शेर है ते मुहम्मद दा भी शेर है असदुल्लाह व असदु रसूल ही ये ओ लोग सन जिन्हां एक जिक्र मुस्तफा ते ज़ाते मुस्तफा वास्ते अपना सब कुछ कुर्बान कर दिता हुण आखिर दे सारे मिलके मेरे नाल पढ़िए ਉਹਨਾਂ ਦੀਆਂ ਵੀ ਜ਼ਿੰਦਗੀਆਂ ਕੁਰਬਾਨ ਕਰਨ ਦਾ ਮਕਸਦ ਹੈ ਸਾਡਾ ਮਾਫਲ ਕਰਾਉਣ ਦਾ ਮਕਸਦ ਵੀ ਹੈ ਵੇ ਕਿ ਸਦਾ ਵਸਦਾ ਲਵੇ ਤੇਰਾ ਤਬਾਰਾ ਯਾ ਰਸੂਲ ਅੱਲਾ ਸਾਰੇ ਖੜੇ ਹੋ ਜਾਓ ਨਾਲੇ ਆਪਣਾ ਹੱਥ ਬੁਲੰਦ ਕਰਕੇ ਗੁੰਬਦ ਖਿਦਰਾ ਦਾ ਤਸਵਰ ਕਰਕੇ ਸਾਰੇ ਮਿਲ ਕੇ ਪੜੀਏ ਸਦਾ ਵਸਦਾ रबे तेरा दबारा या रसूल अल्लाह सदा वसदा रबे तेरा दबारा या रसूल अल्लाह सदा
رسول اللہ شدا بسدا رب تیرا دوبارہ آیا رسول اللہ جتھے آندا غریباں دا گزارا یا رسول اللہ جتھے آندا غریباں دا گزارا یا